ਵੀਅਰਸ ਵੈਲਕਮ ਬੈਕ ਜੀ ਡਾਕਟਰ ਸਾਹਿਬ ਸਾਡਾ ਅਗਲਾ ਫੇਸ ਅਗਲਾ ਮੈਸੇਜ ਆਇਆ ਹੈ ਅੰਮ੍ਰਿਤਸਰ ਤੋਂ ਵੀਰ ਪ੍ਰਵੀਨ ਸਿੰਘ ਜੀ ਦਾ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਾਂ ਕੁਝ ਦਿਨ ਪਹਿਲਾਂ ਹੀ ਤੁਹਾਡੇ ਪੇਜ ਬਾਰੇ ਪਤਾ ਲੱਗਾ ਅਤੇ ਕਾਫੀ ਵੀਡੀਓ ਵੀ ਸੁਣੀਆਂ ਡਾਕਟਰ ਸਾਹਿਬ ਕਾਫੀ ਵਧੀਆ ਸਵਾਲਾਂ ਦੇ ਜਵਾਬ ਦਿੰਦੇ ਹੋ ਮੈਂ ਵੀ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਭਾਈ ਗੁਰਬਖਸ਼ ਸਿੰਘ ਜੀ ਨੇ ਭੁੱਖ ਹੜਤਾਲ ਖਤਮ ਕੀਤੀ ਹੈ ਬਹੁਤ ਲੋਕ ਉਹਨਾਂ ਨੂੰ ਗਾਲਾਂ ਵੀ ਕੱਢ ਰਹੇ ਨੇ ਕਿ ਉਹਨਾਂ ਕੌਮ ਨਾਲ ਇੱਕ ਵਾਰ ਫਿਰ ਧੋਖਾ ਕੀਤਾ ਇਹ ਕਿੱਥੋਂ ਤੱਕ ਜਾਇਜ਼ ਹੈ ਕਿ ਜਿਹੜਾ 2 ਮਹੀਨੇ ਭੁੱਖਾ ਰਹਿ ਕੇ ਕੌਮ ਨੂੰ ਇੱਕਜੁੱਟ ਕਰੇ ਅਤੇ ਜੇ ਉਹਨਾਂ ਨੂੰ ਕਿਸੇ ਪਾਸਿਓਂ ਹੱਲ ਨਾ ਹੁੰਦਿਆਂ ਲੱਗਣ ਕਰਕੇ ਇਹ ਕੀਤਾ ਤਾਂ ਉਹ ਧੋਖੇਬਾਜ਼ ਅਤੇ ਜਿਹੜੇ ਕੁਰਸੀਆਂ ਮਿਲ ਕੇ ਜਥੇਦਾਰੀ ਅਤੇ ਪ੍ਰਧਾਨ ਦੀਆਂ ਅਤੇ ਕੌਮ ਨੂੰ ਮਲੀਆ ਮੇਟ ਕਰ ਰਹੇ ਨੇ ਉਹਨਾਂ ਖਿਲਾਫ਼ ਕੋਈ ਕੁਝ ਕਿਉਂ ਨਹੀਂ ਬੋਲਦਾ ਸਿੱਖ ਜਥੇਬੰਦੀਆਂ ਕਿੱਥੇ ਨੇ ਉਹ ਕਿਉਂ ਨਹੀਂ ਅੱਗੇ ਆ ਰਹੀਆਂ ਸਿੰਘਾਂ ਨੂੰ ਬੈਠਣ ਲਈ ਕੋਈ ਜਗ੍ਹਾ ਦੇਣ ਨੂੰ ਤਿਆਰ ਨਹੀਂ ਪਰ ਚਾਹੁੰਦੇ ਨੇ ਕਿ ਸੰਘਰਸ਼ ਚੱਲੀ ਜਾਵੇ ਸਿੱਖ ਪੰਥ ਕੇ ਹੁਣ ਬਸ ਧੱਕੇ ਖਾ ਖਾ ਕੇ ਹੀ ਚੱਲੇਗਾ ਕਿ ਪੰਥਕ ਸਰਕਾਰਾਂ ਇਸੇ ਤਰ੍ਹਾਂ ਸਾਨੂੰ ਹਿੰਦੂਆਂ ਨਾਲ ਜੋੜਨ ਲਈ ਯਤਨ ਕਰਦੀਆਂ ਰਹਿਣਗੀਆਂ ਕਿ ਸਾਡੇ ਕੌਮੀ ਜਥੇਦਾਰ ਇਸੇ ਤਰ੍ਹਾਂ ਹੀ ਚੁੱਪ ਬੈਠੇ ਰਹਿਣਗੇ ਮੈਂ ਨਾ ਸਮਝਾਂ ਬੋਲਦਿਆਂ ਗਲਤੀਆਂ ਹੋਈਆਂ ਹੋਣਗੀਆਂ ਪਰ ਮੈਨੂੰ ਸਿੱਖੀ ਨਾਲ ਪਿਆਰ ਹੈ ਰੋਜ਼ ਰੋਜ਼ ਹੋ ਰਹੇ ਧੱਕੇ ਦੀਆਂ ਖਬਰਾਂ ਪੜ੍ਹ ਕੇ ਬਹੁਤ ਦੁੱਖ ਹੁੰਦਾ ਹੈ ਮਾਫ਼ ਕਰਨਾ ਅਤੇ ਜਵਾਬ ਦੀ ਉਡੀਕ ਕਰਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪ੍ਰਵੀਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਜੀ ਤੋਂ ਲਿਖਿਆ ਜੀ ਉਹਨਾਂ ਨੂੰ ਸਾਡੀਆਂ ਵੀਡੀਓਜ਼ ਉਹਨਾਂ ਨੇ ਸੁਣੀਆਂ ਉਹਨਾਂ ਨੂੰ ਚੰਗਾ ਲੱਗਦਾ ਹੈ ਸਾਡੇ ਜਵਾਬ ਦੇਣ ਦਾ ਅੰਦਾਜ਼ ਇਸ ਲਈ ਐਡੀਸ਼ਨਲ ਸ਼ੁਕਰੀਆ ਜੀ ਹੁਣ ਇਹ ਦੂਸਰਾ ਆਸਪੈਕਟ ਹੈ ਕਿਉਂਕਿ ਬੇਸ਼ੱਕ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹਨਾਂ ਦੇ ਵਰਤ ਤੋੜਨ ਦੇ ਖਿਲਾਫ਼ ਆਈਆਂ ਨੇ ਉਸ ਦਾ ਇੱਕ ਨਮੂਨਾ ਈਮੇਲ ਅਸੀਂ ਪਹਿਲਾਂ ਡਿਸਕਸ ਕੀਤੀ ਹੈ ਔਰ ਕੁਛ ਜਿਹੜੀਆਂ ਨੇ ਛੋਟਾ ਨੰਬਰ ਜਿਹੜਾ ਉਹ ਹਾਲਾਂ ਉਹ ਵੀ ਹਰਟ ਨੇ ਲੇਕਿਨ ਉਹ ਫਿਰ ਵੀ ਜਿਵੇਂ ਇੱਕ ਅੰਡਰ ਡੋਗ ਦੇ ਨਾਲ ਤੁਹਾਡੀ ਹਮਦਰਦੀ ਹੁੰਦੀ ਹੈ ਉਹ ਕਿਸੇ ਨਾ ਕਿਸੇ ਪਾਸਿਓਂ ਉਹਨਾਂ ਨੂੰ ਡਿਫੈਂਡ ਵੀ ਕਰਨਾ ਚਾਹੁੰਦੇ ਨੇ ਜੀ ਔਰ ਉਹਨਾਂ ਦੀ ਵੀ ਭਾਵਨਾ ਜਿਹੜੇ ਲਿਖਣ ਵਾਲੇ ਨੇ ਜਾਂ ਜਿਹੜੇ ਡਿਫੈਂਡ ਭਾਵਨਾ ਪੰਥਕ ਹੈ ਲੇਕਿਨ ਇੱਕ ਪਰਸਪੈਕਟਿਵ ਹੈ ਸੋ ਅਸੀਂ ਇੱਕ ਉਸ ਦੋ ਫਾਇਦੇ ਹੋਏ ਨਾ ਇੱਕ ਨਾਲ ਤੇ ਜੰਗਰ ਜਨਰੇਸ਼ਨ ਜਿਹੜੀ ਹੈਗੀ ਉਹ ਜਾਗਰੂਕ ਹੋਈ ਹੈ ਤੇ ਹਰਟ ਹੋਏ ਨੇ ਉਹ ਦੋਨੋਂ ਹੀ ਹੋ ਗਿਆ ਨੇ ਦੋ ਧਾਰੀ ਤਲਵਾਰ ਬਣ ਗਏ ਸੋ ਉਹਦੇ 'ਚ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਭਾਈ ਉਹਨਾਂ ਨੂੰ ਤਾਂ ਅਸੀਂ ਜਿਹੜੇ 2 ਮਹੀਨੇ ਭੁੱਖੇ ਰਹੇ ਉਹਨਾਂ ਨੂੰ ਅਸੀਂ ਕੰਡੈਮ ਕਰ ਰਹੇ ਹਾਂ ਵੀ ਆਪ ਇਹ ਜਥੇਬੰਦੀਆਂ ਕਿਉਂ ਨਹੀਂ ਅੱਗੇ ਆਉਂਦੀਆਂ ਕਿ ਵੀ ਉਹਨਾਂ ਨੂੰ ਧੋਖੇਬਾਜ਼ ਕਹਿ ਰਹੇ ਹਾਂ ਉਹਨਾਂ ਨੂੰ ਤਾਂ ਦੂਜਿਆਂ ਸਿੰਘਾਂ ਨੂੰ ਕੋਈ ਬਹਿਣ ਨੂੰ ਥਾਂ ਨਹੀਂ ਦਿੰਦਾ ਕਿਸੇ ਥਾਂ ਦੇ ਉੱਤੇ ਕੌਮੀ ਜਥੇਦਾਰ ਕਿੱਥੇ ਨੇ ਅਤੇ ਉਹਨਾਂ ਨੇ ਫਿਰ ਅਖੀਰ 'ਚ ਕਿਹਾ ਕਿ ਵੀ ਉਹ ਸਿੱਖੀ ਨਾਲ ਪਿਆਰ ਕਰਦੇ ਨੇ ਇਸ ਗੱਲ ਤੋਂ ਦੁਖੀ ਵੀ ਨੇ ਵੀ ਕੌਮ ਦੇ ਨਾਲ ਕਦੇ ਕਿਸੇ ਪਾਸਿਓਂ ਕਦੇ ਕਿਸੇ ਪਾਸਿਓਂ ਧੱਕਾ ਹੋ ਰਿਹਾ ਔਰ ਜ਼ਾਹਰ ਹੈ ਵੀ ਸਿਚੁਏਸ਼ਨ ਉਹ ਬਦਲਣਾ ਚਾਹੁੰਦੇ ਨੇ ਸੋ ਅਸੀਂ ਸਮਝਦੇ ਹਾਂ ਵੀ ਆਲਰੇਡੀ ਕਿਉਂਕਿ ਅਸੀਂ ਓਪਨਿੰਗ ਦੇ ਵਿੱਚ ਅੱਜ ਫਿਰ ਇਸ ਪਾਰਟ ਨੂੰ ਥੋੜ੍ਹਾ ਜਿਹਾ ਟੱਚ ਕੀਤਾ ਔਰ ਪਹਿਲੀ ਈਮੇਲ ਵੀ ਇਸ ਮੁੱਦੇ 'ਤੇ ਹੀ ਸੀ ਜੀ ਦੇਖੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਮੈਂ ਸਮਝਦਾ ਹਾਂ ਕਿ ਵੀ ਕਿਸੇ ਨੇ ਭਾਈ ਗੁਰਬਖਸ਼ ਸਿੰਘ ਹੋਰਾਂ ਨੂੰ ਫੋਰਸ ਤਾਂ ਨਹੀਂ ਸੀ ਕੀਤਾ ਕਿ ਵੀ ਉਹ ਵਰਤ ਰੱਖਣ ਜੀ ਪਹਿਲੀ ਵਾਰ ਵੀ ਕਿਉਂਕਿ ਉਹਨਾਂ ਦੇ ਦੱਸਣ ਮੁਤਾਬਕ ਪਿਛਲੀ ਵਾਰ ਵੀ ਜਦੋਂ ਉਹਨਾਂ ਨੇ ਕਿਹਾ ਕਿ ਵੀ ਉਹ ਆਪਣੇ ਦੋਸਤ ਕਿਉਂਕਿ ਖੁਦ ਵੀ ਜੇਲ੍ਹ 'ਚ ਰਹੇ ਨੇ ਅੰਦਰ ਦੀ ਹਾਲਤ ਵੀ ਸਮਝਦੇ ਨੇ ਔਰ ਅੰਦਰ ਜੇਲ੍ਹ ਵਾਲਾ ਸਿੰਘ ਜਿਹੜਾ ਬਾਹਰ ਆਇਆ ਔਰ ਜਿਹੜਾ ਜੇਲ੍ਹ ਦੇ ਅੰਦਰ ਹੀ ਸੀ ਉਹਨਾਂ ਨੇ ਕਿਹਾ ਵੀ ਮੇਰੇ ਪਰਿਵਾਰ ਨੂੰ ਮਿਲਣ ਜਾਣਾ ਵੀ ਭੈਣ ਦਾ ਵਿਆਹ ਹੈ ਮੇਰੀ ਦਾ ਕਰਨ ਵਾਲਾ ਅਤੇ ਉਹ ਭੈਣ ਨੇ ਕਿਹਾ ਵੀ ਮੈਂ ਤਾਂ ਮੇਰਾ ਜਦੋਂ ਵੀਰ ਆਏਗਾ ਉਦੋਂ ਹੀ ਕਰਾਂਗਾ ਸੋ ਇਹ ਇੱਕ ਪਾਰਟ ਸੀ ਸੋ ਮੈਂ ਸਮਝਦਾ ਹਾਂ ਵੀ ਉਹਨਾਂ ਦੀ ਭਾਵਨਾ ਜਿਹੜੀ ਹੈ ਕਿ ਸਿੰਘ ਰਿਹਾ ਹੋਣ ਇਹ ਇੱਕ ਸ਼ੁਭ ਭਾਵਨਾ ਸੀ ਉਹਦੇ 'ਚ ਉਹਨਾਂ ਦਾ ਪਹਿਲਾ ਐਫਰਟ ਨਿਕਲਿਆ ਉਹਦਾ ਜਿਹੜਾ ਚਰਚਾ ਵੀ ਹੋਇਆ ਪਹਿਲੀ ਵਾਰ ਸੀ ਕਿ ਈਵਨ ਸਾਰੇ ਕਲਾਕਾਰ ਵੀ ਗਏ ਪੰਜਾਬ 'ਚੋਂ ਵੀ ਪਿੰਡਾਂ 'ਚੋਂ ਜਥੇ ਜਾਣੇ ਸ਼ੁਰੂ ਹੋਏ ਪਰ ਉਹ ਵੀ ਕਲਾਈਮੈਕਸ 'ਤੇ ਆ ਕੇ ਜਦੋਂ ਐਨ ਇੱਕ ਬਿਲਟ ਹੋ ਰਿਹਾ ਸੀ ਬਾਦਲ ਸਰਕਾਰ ਵੀ ਘਬਰਾਈ ਹੋਈ ਸੀ ਔਰ ਈਵਨ ਟੈਂਪਰੇਰੀ ਪੈਰੋਲ ਵਾਲੀ ਗੱਲ ਵੱਲ ਗੱਲ ਤੁਰ ਪਈ ਸੀ ਫਿਰ ਟੈਂਪਰੇਰੀ ਤਾਂ ਪਰਮਾਨੈਂਟ 'ਚ ਕੋਈ ਬਹੁਤ ਵੱਡੀ ਲਾਈਨ ਨਹੀਂ ਹੁੰਦੀ ਜੇ ਉਹਨੂੰ ਪ੍ਰੋਪਰ ਪਰਸਿਊ ਕੀਤਾ ਜਾਂਦਾ ਪਰ ਉਦੋਂ ਵੀ ਐਨ ਕਲਾਈਮੈਕਸ 'ਤੇ ਆ ਕੇ ਐਂਟੀ ਕਲਾਈਮੈਕਸ ਹੋ ਗਿਆ ਕਿ ਉਹਨਾਂ ਨੇ ਜਥੇਦਾਰ ਅਕਾਲ ਤਖ਼ਤ ਔਰ ਸੰਤ ਸਮਾਜ ਔਰ ਇਹ ਸਾਰੇ ਇਸ ਦੇ ਥੱਲੇ ਉਹ ਜਿਹੜੇ ਨੇ ਉਹਨਾਂ ਨੇ ਆਪਣਾ ਵਰਤ ਖੋਲ੍ਹ ਦਿੱਤਾ ਹੁਣ ਜ਼ਾਹਰ ਹੈ ਵੀ ਦੂਸਰੀ ਵਾਰ ਰੱਖਣ ਲਈ ਵੀ ਕਿਸੇ ਨੇ ਨਹੀਂ ਕਿਹਾ ਅਸੀਂ ਉਦੋਂ ਵੀ ਇਹ ਸੋਚਦੇ ਸੀ ਵੀ ਚਲੋ ਭਾਵੇਂ ਪੈਰੋਲ 'ਤੇ ਹੀ ਆਏ ਇੰਨਾ ਕੁ ਹੋ ਗਿਆ ਵੀ ਘੱਟੋ ਘੱਟ ਗੱਲ ਰਿਹਾਈਆਂ ਦੀ ਉੱਤੇ ਕੋਈ ਗੱਲ ਫੋਕਸ ਹੋਈ ਹੈ ਫਿਰ ਦੂਸਰਾ ਉਹਨਾਂ ਨੇ ਰੱਖ ਲਿਆ ਹੁਣ ਉਸਦਾ ਉਹਨਾਂ ਨੇ ਕਿਹਾ ਜੀ ਮੈਨੂੰ ਤਾਣੇ ਮਿਹਣੇ ਦਿੰਦੇ ਨੇ ਜਾਂ ਦੂਜੇ ਨੇ ਵੀ ਮੈਂ ਵਰਤ ਛੱਡਿਆ
ਅਤੇ ਹੁਣ ਮੈਂ ਆ ਗਿਆ। ਸੋ ਜ਼ਾਹਰ ਹੈ ਵੀ ਇਸ ਵਾਰ ਸਾਲਾਂ ਅਸੀਂ ਤਾਂ ਇਸ ਬਾਰੇ ਪਹਿਲੇ ਦਿਨ ਤੋਂ ਹੀ ਜਿਵੇਂ ਮੈਂ ਕਿਹਾ ਕਿ ਵੀ ਉਹ ਐਂਥੂਜ਼ੀਆਸਟਿਕ ਨਹੀਂ ਸੀ, ਲੇਕਿਨ ਕੁਛ ਨੂੰ ਲੱਗਿਆ ਕਿ ਵੀ ਨਹੀਂ, ਇੱਕ ਵਾਰ ਜਿਹੜੀ ਉਹਨਾਂ ਦੀ ਗਲਤੀ ਹੋਈ ਹੈ ਉਹਨੂੰ ਸੁਧਾਰਨਾ ਚਾਹੁੰਦੇ ਨੇ ਜੀ। ਔਰ ਇਸ ਵਾਰ ਪੰਜਾਬ 'ਚ ਨਹੀਂ ਬੈਠੇ, ਉਹ ਹਰਿਆਣੇ 'ਚ ਬੈਠੇ, ਬਾਹਰੋਂ ਉਸੇ ਤਰ੍ਹਾਂ ਹੀ ਫਿਰ ਹੌਲੀ ਹੌਲੀ ਸਪੋਰਟ ਬਿਲਟ ਵੀ ਹੋਈ, ਥਾਂ ਥਾਂ ਹੀ ਪ੍ਰੋਟੈਸਟ ਵੀ ਹੋਏ, ਪਰ ਐਨ ਕਲਾਈਮੈਕਸ 'ਤੇ ਆ ਕੇ ਫਿਰ ਦਰਬਾਰ ਸਾਹਿਬ ਜਾਣਾ ਅਤੇ ਨਹੀਂ ਜਾਣਾ, ਪਰਚੀਆਂ ਪਾਈਆਂ। ਅੱਜ ਹੀ ਮੈਨੂੰ ਹੋਰ ਵੀ ਵੇਰਵਾ ਇਸ ਘਟਨਾ ਦਾ ਮਿਲਿਆ, ਜਿਸ ਤੋਂ ਮੈਨੂੰ ਅੰਦਾਜ਼ਾ ਹੁੰਦਾ ਵੀ ਕਿਤੇ ਨਾ ਕਿਤੇ ਜਿਹੜਾ ਇਹ ਪਾਰਟ ਹੈ ਜਿਹਦੇ 'ਚ ਤੁਸੀਂ ਖੁਦ ਹੀ ਡੋਲ ਜਾਂਦੇ ਹੋ, ਉਹ ਫਿਰ ਦੁਬਾਰਾ ਆ ਗਈ ਗੱਲ ਜੀ। ਅਤੇ ਨਤੀਜੇ ਦੇ ਤੌਰ 'ਤੇ ਹੁਣ ਦੇਖੋ, ਕੌਮੀ ਤੌਰ 'ਤੇ ਹੱਕ ਤਾਂ ਬਣਦਾ, ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਜੀ ਇਸ ਤਰ੍ਹਾਂ ਇੱਕ ਅਰਦਾਸ ਨੂੰ ਜਾਂ ਇਸ ਸਾਰੇ ਮੁੱਦੇ ਨੂੰ ਵਾਰ ਵਾਰ ਇਹ ਹਾਸੋਹੀਣਾ ਵੀ ਹੁੰਦਾ, ਲੇਕਿਨ ਮੈਂ ਸਮਝਦਾ ਵੀ ਜਿਵੇਂ ਤੁਸੀਂ ਵੀ ਕਿਹਾ ਕਿ ਵੀ ਚਲੋ ਇਹਦੇ 'ਚੋਂ ਵੀ ਦੇਖੋ ਵੀ ਪੋਜ਼ੀਟਿਵ ਯੂਥ ਨੂੰ ਅਵੇਅਰਨੈਸ ਹੋਈ, ਜਾਗਰੂਕਤਾ ਹੋਈ, ਅੱਗੋਂ ਤੋਂ ਇਹਨੂੰ ਬੰਦ ਕੀਤਾ ਜਾਏ। ਮੈਂ ਸਮਝਦਾ ਵੀ ਇਹ ਵਰਤਾਂ ਵੁਰਤਾਂ ਵਾਲਾ ਸਿਲਸਿਲਾ ਇਹ ਸਾਡੀ ਲਾਈਨ ਨਹੀਂ ਹੈ, ਉਹਦਾ ਹੋਰ ਤਰੀਕੇ ਨੇ ਜਿਸ ਦੇ ਨਾਲ ਤੁਸੀਂ ਫੋਕਸ ਕਰ ਸਕਦੇ ਹੋ, ਲੇਕਿਨ ਜਿਹੜਾ ਇਸ ਸਾਰੇ 'ਚੋਂ ਅਲਟੀਮੇਟਲੀ ਨਮੋਸ਼ੀ ਵੀ ਨਿਕਲੀ ਹੈ। ਹੁਣ ਇਹਨੂੰ ਅਸੀਂ ਕਿੰਨਾ ਕੁ ਜਸਟੀਫਾਈ ਕਰਾਂਗੇ ਗੱਲ ਨੂੰ? ਅਸੀਂ ਭਾਈ ਗੁਰਬਖਸ਼ ਸਿੰਘ ਹੋਰਾਂ ਬਾਰੇ ਕੋਈ ਨੈਗੇਟਿਵ ਗੱਲ ਵੀ ਨਹੀਂ ਕਹਿਣਾ ਚਾਹੁੰਦੇ, ਪਰ ਜੋ ਇਸ ਵੇਲੇ ਟੈਂਪਰੇਚਰ ਹੈ ਅਰਾਊਂਡ ਜਾਂ ਜੋ ਫੀਲਿੰਗਸ ਨੇ, ਉਹਨਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੇ ਰੀਅਲੀ ਹੋਪਫੁੱਲ ਸੀ ਉਹ ਵੀ ਮਹਿਸੂਸ ਕਰਦੇ ਨੇ ਵੀ ਸਾਡੇ ਨਾਲ ਧੋਖਾ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਪਿੱਛੇ ਰੱਖ ਕੇ ਫਿਰ ਉਸ ਗੱਲ ਵੱਲ ਹੀ ਆਈਏ ਕਿ ਅਲਟੀਮੇਟਲੀ ਇਹ ਮੰਗਤਿਆਂ ਵਾਲਾ ਜਿਹੜਾ ਇਹ ਛੱਡ ਕੇ ਰਸਤਾ ਹੈ, ਦੂਸਰੀ ਸਾਡੀ ਸਟ੍ਰੈਟਜੀ ਹੋਏ ਕਿ ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਵੇ ਮੀਤਾ। ਭਾਈ ਗੁਰਦਾਸ ਜੀ ਕਿ ਉਹ ਕੀ ਉੱਦਮ ਕੀਤਾ ਜਾਏ, ਕੀ ਯਤਨ ਹੋਏ ਕਿ ਰਾਜਸੀ ਸ਼ਕਤੀ ਮਿਲੇ ਤਾਂ ਕਿ ਦੁਸ਼ਮਣ ਜਿਹੜੇ ਨੇ ਉਹ ਮਿੱਤਰ ਬਣਨ। ਸੋ ਇਹਨਾਂ ਦਾ ਵੀਰ ਪ੍ਰਵੀਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਅੰਮ੍ਰਿਤਸਰ ਤੋਂ ਲਿਖਿਆ ਜੀ। ਰਸਾ ਇਸ ਨਾਲ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦੇ ਸ਼ੋਰਟ ਬ੍ਰੇਕ।